ਜਿੰਦਰ ਦੀ ਪੁਸਤਕ ਬੂਹੀ ਇਸ਼ਕ ਦਰਬਾਰ ਦੀ ਸਦਾ ਖੁੱਲੇ ਦੀ ਕਹਾਣੀ ਹੈ ਕਲੰਦਰ ਆਖਰੀ ਵਾਰ ਪਾਲੂ ਗੁੱਛੇ ਨੂੰ ਜਗੀਰੇ ਕੀ ਹਵੇਲੀ ਮਿਲਿਆ ਸੀ ਉਹ ਦਵਿੰਦਰ ਸਿੰਘ ਦੇ ਭਤੀਜੇ ਦੇ ਵਿਆਹ ਦੀ ਪਾਰਟੀ ਤੇ ਪਿੰਡ ਗਿਆ ਸੀ ਚਾਹ ਪਾਣੀ ਪੀਣ ਤੋਂ ਪਿਛੋ ਅਖਾਂਨ ਪਾਰਟੀ ਪੈਰੇ ਭੋਗ ਦੇ ਮੱਥਾ ਟੇਕਣ ਦੀ ਤਾਂ ਉਹਨੂੰ ਮਿਲਣ ਚਲਾ ਗਿਆ ਉਹ ਸੁਰਜਨ ਸਿੰਘ ਦਾ ਲੰਗੋਟਿਆ ਯਾਰ ਸੀ ਸੁਰਜਨ ਨੇ ਉਹਦਾ ਨਾਂ ਕਲੰਦਰ ਪਾ ਰੱਖਿਆ ਸੀ ਪਾਲੂ ਨੇ ਉਸ ਕੋਲੋਂ ਸੁਰਜਨ ਦੇ ਜਵਾਨੀ ਦੇ ਦਿਨਾਂ ਬਾਰੇ ਕੁਝ ਗੱਲਾਂ ਪੁੱਛਣੀਆਂ ਸਨ ਦਵਿੰਦਰ ਸਿੰਘ ਦੀ ਕੋਠੀ ਤੋਂ ਪੌਣੀ ਕੁ ਫਰਾਂਗ ਦੂਰ ਜ਼ਗੀਰੇ ਕੀ ਵਿਹਲੀ ਹੈ ਉਹ ਗਿਆ ਤਾਂ ਗੁੱਛੀ ਪੈਰਾਂ 'ਪਾਰ ਬੈਠਾ ਸੀ ਸੂਤਰੀ ਦੇ ਵੱਡੇ ਸਾਰੇ ਮੰਝੇ ਤੇ ਆ ਰੋੜਿਆਂ ਦੇ ਜਗਦੀਸ਼ ਚੰਦਾ ਵਿੱਚ ਘਰਲਾ ਮੁੰਡਾ ਕਾਲੂ ਟੇਡਾ ਜਿਹਾ ਹੋ ਕੇ ਪਿਆ ਸੀ ਉਹਦੀ ਵੀ ਪਹਿਲੇ ਦਿਨਾਂ ਤੋਂ ਗੁੱਛੀ ਨਾਲ ਬੈਠਣੀ ਉੱਠਣੀ ਨਹੀਂ ਰਹੀ ਸੀ ਖਾਣ ਪੀਣ ਸਾਂਝਾ ਰਿਆ ਸੀ ਉਹ ਦੱਖਣ ਵੱਲ ਨੂੰ ਮੂੰਹ ਕਰਕੇ ਬੈਠਾ ਸੀ ਉਨੇ ਹਲਕੇ ਕਾਫੀ ਰੰਗ ਦਾ ਪਜਾਮਾ ਕਸਮੈਲੀ ਜੀ ਕਮੀਜ਼ ਤੇ ਪੈਰਾਂ 'ਚ ਕੈਂਚੀ ਦੀਆਂ ਚੱਪਲਾਂ ਪਾਈਆਂ ਸਨ ਸਿਰ ਤੇ ਸਾਫੇ ਨਾਲ ਬੰধেੜ ਜਾ ਮਾਰਿਆ ਸੀ ਪਿਛਲੇ ਪਾਸੇ ਉਗੜ ਦੁੱਗਣਵਾਲ ਖਿਲਰੇ ਹੋਏ ਸਨ ਤੇ ਜਦੋਂ ਪਾਲੂ ਦਾ ਧਿਆਨ ਉਹਦੇ ਪੈਰਾਂ 'ਵਲ ਗਿਆ ਤਾਂ ਉਹਨੂੰ ਕਚਿਆਂ ਆਈ ਪੈਰਾਂ ਦੇ ਨਹ ਕਾਫੀ ਵਧੇ ਹੋਏ ਸਨ ਐਦਾਂ ਲੱਗਦਾ ਸੀ ਜਿਦਾਂ ਉਸ ਕਦੇ ਕੱਟੇ ਹੀ ਨਾ ਹੋਣ ਨਹਾਂ ਦੀ ਸ਼ਕਲ ਵੀ ਅਜੀਬ ਜੀ ਬਣੀ ਸੀ ਵਿਚਕਾਰੋਂ ਭਰੇ ਸਨ ਆਲੇ-ਦਿਆਲਿਓਂ ਕਾਲੋਂ ਦੀ ਭਾ ਮਾਰਦੇ ਬੈਣਾਂ ਪਟੀਆਂ ਸਨ ਗਿੱਟੇ ਵਾਲੇ ਮਾਸ ਪਾਸੇ ਮਹਿਲ ਚਮਕ ਰਹੀ ਸੀ ਇਹੋ ਜਿਹਾ ਹਾਲ ਹੱਥਾਂ ਦਾ ਸੀ ਬੀੜੀ ਪਿੰਦਾ ਹੋਇਆ ਉਹ ਸਾਹਮਣੇ ਵੱਲ ਦੇਖ ਰਿਹਾ ਸੀ ਪਾਲੂ ਦੇ ਮਾਨ ਨੇ ਕਿਹਾ ਕਿ ਧੰਨ ਨੇ ਦਵਿੰਦਰ ਹੋਰੀ ਜੇ ਨਾ ਉਹਨੂੰ ਆਪਣੇ ਕੋਲ ਰੱਖਿਆ ਹੋਇਆ ਪਰ ਉਹਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਸੀ ਪਾਲੂ ਨੇ ਜਿੰਨੀਆਂ ਕੋ ਗੱਲਾਂ ਪੁੱਛੀਆਂ ਉਸ ਅੱਧੇ ਨਾਲੋਂ ਘੱਟ ਦਾ ਜਵਾਬ ਦਿੱਤਾ ਉਮਰ ਜ਼ਿਆਦਾ ਹੋ ਗਈ ਹੁਣ ਯਾਦ ਨਹੀਂ ਪਾਲੂ ਉਸ ਕੋਲ ਘੰਟਾ ਕੁਰਿਆ ਉਹ ਪੈਰਾਂ ਪਾਰ ਹੀ ਬੈਠਾ ਰਿਹਾ ਉਸ ਸੱਜੇ ਖੱਬੇ ਕਿਸੇ ਪਾਸੇ ਨਾ ਦੇਖਿਆ ਵਿੱਚ ਵਿੱਚ ਉਹ ਕਾਲੂ ਨਾਲ ਗੱਲਾਂ ਕਰਨ ਲੱਗ ਜਾਂਦਾ ਜਾਂ ਕੋਈ ਗੱਲ ਪੁੱਛ ਲੈਂਦਾ ਐਦਾਂ ਹੀ ਹੋਇਆ ਸੀ ਨਾ ਤੇ ਉਹਦੀ ਕਮੀਜ਼ ਦੀ ਮੋਹਰੀ ਜੇਬ 'ਚ ਕਸਮੈਲੇ ਜੇ ਰੰਗ ਦੇ ਲਿਫਾਫੇ 'ਚ ਕੁਝ ਬਾਹਰ ਨੂੰ ਉਬਰਿਆ ਹੋਇਆ ਸੀ ਸ਼ਾਇਦ ਉਸ 'ਚ ਡੋਡੇ ਹੋਣਗੇ ਜਾਂ ਇਹੋ ਜਿਹਾ ਕੁਝ ਹੋਵੇ ਕਈ ਵਾਰ ਬੰਦਾ ਪਟਕ ਜਾਂਦਾ ਹੈ ਇੱਕ ਵਾਰ ਪਟਕ ਜਾਏ ਤਾਂ ਫਿਰ ਉਹਨੂੰ ਜਿਉਣ ਦਾ ਰਸਤਾ ਨਹੀਂ ਲੱਭਦਾ ਜੇ ਕਿਤੇ ਲੱਭਦਾ ਹੈ ਤਾਂ ਸਮਝੌਤਾ ਨਹੀਂ ਕਰਦਾ ਜਾਂ ਕਿਸੇ ਦੀਆਂ ਸ਼ਰਤਾਂ ਤੇ ਜਿਉਣਾ ਨਹੀਂ ਚਾਹੁੰਦਾ ਅਜਿਹਾ ਕੁਝ ਹੀ ਉਸ ਨਾਲ ਹੋਇਆ ਉਸ 6ਵੀਂ ਜਮਾਤ ਪਾਸ ਕੀਤੀ ਸੁਰਜਨ ਸਿੰਘ ਪੜ ਗਿਆ ਉਹ ਦੇ ਸ਼ਾਹੀਨ ਹੋ ਗਿਆ ਘਰ ਚ ਗਰੀਬੀ ਦੱਸ ਹੀ ਸੀ ਨਾਲ ਹੀ ਅਨਪੜ ਲਾਣਾ ਉਹਨੇ ਨਵੀਂ ਆਬਾਦੀ ਵਾਲੇ ਫੱਤੇ ਕੋਲ ਜਾਣਾ ਸ਼ੁਰੂ ਕੀਤਾ ਫੱਤੇ ਦੀਆਂ ਅੱਖਾਂ ਦੀ ਲੋ ਨਹੀਂ ਸੀ ਪਰ ਉਹ ਬਹੁਤ ਹੀ ਗੁਣੀ ਗਿਆਨੀ ਬੰਦਾ ਸੀ ਗੁੱਚੀ ਤੇ ਰਾਜੂ ਵਾਰੀ ਵਾਰੀ ਢੋਲਕੀ ਵਜਾਉਂਦੇ ਫੱਤਾ ਗਾਉਂਦਾ ਕਦੇ ਕਦੇ ਗੁੱਚੀ ਚਿੰਟਾ ਵੀ ਵਜਾ ਲੈਂਦਾ ਫੱਤਾ ਕੰਨ ਦੇ ਹੱਥ ਰੱਖ ਕੇ ਗਾਉਣ ਲੱਗਦਾ 21 ਸਾਲ ਇਨਸਾਨ ਦੀ ਉਮਰ ਹੋਈ ਸਿਰ ਤੇ ਹੁਸਨ ਸੁਲੱਖਣਾ ਆਉਣ ਲੱਗਾ ਜਦੋਂ ਆਣ ਜਵਾਨੀ ਦੀ ਮੁੱਛ ਫੁੱਟੀ ਉਸੇ ਵਕਤ ਸ਼ੁਕੇਨੀਆਂ ਲਾਉਣ ਲੱਗਾ ਦਿਲੋਂ ਭੁੱਲਿਆ ਨਾਮ ਪਰਮਾਤਮਾ ਦਾ ਨਾਲ ਖੁਸ਼ੀ ਦੇ ਕਾਫੀਆਂ ਗਾਉਣ ਲੱਗਾ ਸੂਰਤ ਆਪਣੀ ਦੇਖਦਾ ਵਿੱਚ ਸ਼ੀਸ਼ੇ ਸੁਰਮਾ ਖੂਬ ਸਵਾਰ ਕੇ ਪਾਉਣ ਲੱਗਾ ਇੱਥੋਂ ਹੀ ਉਹਨੂੰ ਗਿਆਨ ਮਿਲਿਆ ਫਿਰ ਉਹਨੇ ਸੁਰਜਨ ਸਿੰਘ ਤੇ ਕਾਲੂ ਨਾਲ ਰਲ ਕੇ ਗਾਉਣਾ ਸ਼ੁਰੂ ਕੀਤਾ 4 ਸਾਲ ਵਧੀਆ ਬੀਤ ਗਏ ਸੁਰਜਨ ਸਿੰਘ ਪਟਿਆਲੇ ਚਲਾ ਗਿਆ ਕਾਲੂ ਕਾਲੂ ਬਨਾਰਸ ਪਿਛੋਂ ਇਕੱਲਾ ਰਹਿ ਗਿਆ ਵਿਆਹ ਹੋਇਆ ਤਾਂ ਉਹਨੂੰ ਘਰਵਾਲੀ ਨਾਲ ਨਫ਼ਰਤ ਹੋ ਗਈ ਘਰ ਵਾਲੀ ਜਿਆਦਾ ਹੀ ਪੱਕੇ ਰੰਗ ਦੀ ਬਦਨ ਦੀ ਭਾਰੀ ਸੀ ਉਹਦੇ ਸੁਪਨਿਆਂ ਦੀ ਮੀਚ ਦੀ ਨਹੀਂ ਸੀ ਜਿਹੜੀ ਸੁਪਨਿਆਂ ਦੀ ਮੀਚ ਦੀ ਸੀ ਉਸ ਨਾਲ ਉਹਦਾ ਵਿਆਹ ਕਿਸੇ ਵੀ ਸੂਰਤ ਚ ਨਹੀਂ ਸੀ ਹੋ ਸਕਦਾ ਜਾਟੇ ਗੱਲ ਕਿਦਾਂ ਬਰਦਾਸ਼ਤ ਕਰ ਸਕਦੇ ਸਨ ਕਿ ਪਿੰਡ ਦਾ ਕੋਈ ਆਧ ਧਰਮੀ ਉਹਨਾਂ ਦੀ ਕੁੜੀ ਨਾਲ ਵਿਆਹ ਕਰਵਾ ਸਕੇ ਉਸ ਕੋਲੋਂ ਮਿਰਜ਼ਾ ਨਾ ਬਣਿਆ ਗਿਆ ਉਹਦਾ ਸੁਪਨ ਸੰਸਾਰ ਬिखर ਗਿਆ ਉਸ ਆਪਣੀ ਘਰ ਵਾਲੀ ਛੱਡ ਦਿੱਤੀ ਕਾਲੂ ਤੇ ਸੁਰਜਨ ਨੇ ਕਈ ਵਾਰ ਨੂੰ ਸਮਝਾਇਆ ਸਬਰ ਕਰ ਦੋ ਨਿਆਣੇ ਜੰਪ ਪਏ ਤਾਂ ਤੈਨੂੰ ਇਹੀ ਹੀਰ ਲੱਗਣ ਲੱਗ ਪੈਣੀ ਉਹ ਆਪਣੇ ਦੋਸਤਾਂ ਕੋਲ ਤਾਂ ਮੰਨ ਜਾਂਦਾ ਪਰ ਰਾਤ ਨੂੰ ਆਪਣੀ ਘਰਵਾਲੀ ਕੋਲ ਜਾਂਦੇ ਹੀ ਉਹਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਉਹ ਰਾਤ ਨੂੰ ਕਿਸੇ ਦੇ ਖੂ ਤੇ ਜਾਂ ਡਿਊਟੀ 'ਚ ਜਾ ਕੇ ਸੌ ਜਾਂਦਾ ਫਿਰ ਉਹਨੇ ਆਪਣੇ ਮਨ ਨਾਲ ਵਿਚਾਰ ਕੀਤੀ ਕਿ ਐਦਾਂ ਕਿੰਨਾ ਚਿਰ ਚੱਲੂਗਾ ਇੱਕ ਦਿਨ ਅਧਿਆ ਪੀ ਕੇ ਉਸ ਆਪਣੀ ਘਰਵਾਲੀ ਨੂੰ ਆਪਣੇ ਮਨ ਦੀ ਗੱਲ ਦੱਸ ਦਿੱਤੀ ਉਹ ਦਿਨ ਗਿਆ ਤੇ ਅੱਜ ਦਾ ਦਿਨ ਆ ਗਿਆ ਉਸ ਲਈ ਆਪਣਾ ਘਰ ਬਗਾਨਾ ਹੋ ਗਿਆ ਉਸ ਬਹੁਤ ਸਮਾਂ 베ਰੀ ਵਾਲਿਆਂ ਦੇ ਨੱਥੂ ਨਾਲ ਗੁਜ਼ਾਰਿਆ ਜਦੋਂ ਕਦੇ ਮਨ ਭਰ ਆਉਂਦਾ ਤਾਂ ਬੈਂਤ ਜੋੜ ਕੇ ਗਾਉਣ ਲੱਗ ਜਾਂਦਾ ਤੇਰਾ ਜਾਨਾ ਮੈਨੂੰ ਮਾਰ ਗਿਆ ਕੋਈ ਆ ਕੇ ਪੁੱਛੇ ਮੈਥੋਂ ਮੇਰਾ ਅਫਸਾਨਾ ਜਦੋਂ ਜਦੋਂ ਮੈਂ ਪਿਆ ਚੰਦ ਦੇਖਾਂ ਤੇਰੀ ਯਾਦ ਨਾ ਮੈਨੂੰ ਜਿਉਣ ਦਿੰਦੀ ਆ ਨਾ ਮਰਨ ਤੇਰਾ ਜਾਨਾ ਅਰਮਾਨ ਨੂੰ ਕੱਲ ਲੁੱਟ ਜਾਣਾ ਕੋਈ ਦੇਖੇ ਬਣ ਕੇ ਤਕਦੀਰੋਂ ਕ ਮਿਟ ਜਾਣਾ ਪਸ਼ੂਆ ਵਾਲੇ ਅੰਦਰ ਪਿਆ ਉਹ ਆਪ ਹੀ ਗਾਉਣ ਵਾਲਾ ਹੁੰਦਾ ਆਪੀ ਸੁਣਨ ਵਾਲਾ ਉਹ ਇਸ ਵੇਲੇ ਕਿਸੇ ਦੂਜੇ ਨੂੰ ਆਪਣੇ ਕੋਲ ਆਉਣ ਵੀ ਨਹੀਂ ਦਿੰਦਾ ਹੁੰਦਾ ਦੇਣਾ ਚਾਹੁੰਦਾ ਸੀ ਉਹਨੂੰ ਇਕੱਲਤਾ ਚੰਗੀ ਲੱਗਦੀ ਉਹ ਆਪੇ ਗੱਲਾਂ ਕਰਦਾ ਆਪੇ ਹੰਗਾਰਾ ਭਰਦਾ ਫਿਰ ਉਹ ਇਕੱਲਤਾ ਨਾਲ ਨਿਕੋ ਨੀਕ ਭਰ ਜਾਂਦਾ 10 ਬੰਦਿਆਂ ਚ ਵਿਚਰਦਾ ਹੋਇਆ ਵੀ ਉਹ ਇਕੱਲਾ ਹੁੰਦਾ ਉਹਦੇ ਮਨ ਦੀਆਂ ਗੰਡਾਂ ਹੋਰ ਪੀਡੀਆਂ ਹੋਈ ਜਾਂਦੀਆਂ ਉਹਨੂੰ ਤੰਗ ਕਰਦੀਆਂ ਪਰੇਸ਼ਾਨ ਕਰਦੀਆਂ ਪਰ ਉਹਨਾਂ ਵਿੱਚ ਉਹਨੂੰ ਸਵਾਦ ਆਉਂਦਾ ਉਹ ਮੇਲਾ ਫਿਲਮ ਦਾ ਗੀਤ ਗਾਉਣ ਲੱਗਦਾ ਇਹ ਦੁਨੀਆ ਕੇ ਮੇਲੇ ਦੁਨੀਆ ਮੇ ਕਮ ਨਾ ਹੋਣਗੇ ਅਫਸੋਸ ਹਮ ਨਾ ਹੋਗੇ ਹੋਂਗੀ ਇਹੀ ਬਹਾਰੇ ਉਲਫਤ ਕੀ ਯਾਦਗਾਰਾਂ ਵਿਗੜੇਂਗੀ ਔਰ ਬਨੇਂਗੀ ਦੁਨੀਆ ਇਹੀ ਰਹੇਗੀ ਹੋਂਗੇ ਇਹੀ ਜਮੇਲੇ ਉਹਨੂੰ ਕਾਮਰੇਡ ਫੁੰਮਣ ਸਿੰਘ ਵਾਂਗੂ ਆਪਣੇ ਚੁਗਿਰਦੇ ਦੀ ਬੜੀ ਸਮਝ ਸੀ ਪਿੰਡ ਦੇ ਕਿਸੇ ਘਰ ਬਾਰੇ ਪੁੱਛ ਲਓ ਉਹ ਅਗਲੇ ਦੇ ਪੋਤੜੇ ਫਰੋਲ ਸੁੱਟਦਾ ਉਹਨੂੰ ਅਰੋੜਿਆਂ ਦੇ ਬਾਬੇ ਮੇਸ਼ੀ ਵਾਂਗੂ ਗੁਰਬਾਣੀ ਦੀ ਬੜੀ ਸਮਝ ਸੀ ਬਾਬਾ ਮੇਸ਼ੀ ਪਾਕਿਸਤਾਨ ਤੋਂ ਉੱਜੜ ਕੇ ਇਸ ਪਿੰਡ ਚ ਆ ਵਸਿਆ ਸੀ। ਉਹਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਮੂੰਹ ਜ਼ਬਾਨੀ ਯਾਦ ਸੀ। ਗੁੱਛੀ ਨੂੰ ਗੁਰੂ ਗ੍ਰੰਥ ਸਾਹਿਬ ਯਾਦ ਤਾਂ ਨਹੀਂ ਸੀ ਪਰ ਉਹ ਬਾਣੀ ਦੀ ਵਿਆਖਿਆ ਕਰ ਲੈਂਦਾ ਸੀ। ਗੁਲਸ਼ਨ ਕੁਮਾਰ ਕਲੇਰ ਜਿਹੜਾ ਕਿ ਅੱਜਕੱਲ ਵੀਡੀਓ ਲੱਗਾ ਹੈ 네ਪਾਲੂ ਨੂੰ ਦੱਸਿਆ ਉਹ ਸਟੇਜ ਦਾ ਧਨੀ ਸੀ। ਮੈਂ ਉਹਨੂੰ ਆਪਣਾ ਗੁਰੂ ਮੰਨਦਾ। ਜਦੋਂ ਵੀ ਮੈਨੂੰ ਗੁਰਬਾਣੀ ਦੇ ਕਿਸੇ ਸ਼ਲੋਕ ਦੀ ਵਿਆਖਿਆ ਦੀ ਲੋੜ ਪੈਂਦੀ ਤਾਂ ਮੈਂ ਉਸ ਕੋਲ ਜਾਂਦਾ। ਕਮਾਲ ਦੀ ਸਮਝ ਸੀ ਉਹਦੀ। ਮੈਂ ਸਟੇਜਾਂ ਤੇ ਬੋਲਣ ਦੀ ਸਿੱਖਿਆ ਉਸੇ ਤੋਂ ਲਈ ਉਹ ਨਰ ਬੰਦਾ ਸੀ ਬਾਕੀ ਤੈਨੂੰ ਪਿੰਡ ਦੇ ਲੋਕਾਂ ਦੀ ਸਾਈਕੀ ਦਾ ਪਤਾ ਹੈ ਗਰੀਬ ਦੀ ਸਿਆਣੀ ਗੱਲ ਵੀ ਜੱਟਾਂ ਨੂੰ ਵਰਗੀ ਲੱਗਦੀ ਹੈ ਉਹ ਆਪਣੇ ਹਾਮ ਉਮਰਾਂ ਨਾਲ ਗੱਲਾਂ ਕਰਦਾ ਕਰਦਾ ਸਾਰੀ ਰਾਤ ਜਾਗ ਸਕਦਾ ਸੀ ਪਰ ਜੇ ਕਦੇ ਉਹਨੂੰ ਚੁੱਪ ਦਾ ਦੌਰ ਆ ਪੈ ਜਾਂਦਾ ਤਾਂ ਕੋਈ ਭਾਵੇਂ ਉਹਨੂੰ ਸ਼ਰਾਬ ਦੀ ਪੂਰੀ ਬੋਤਲ ਪਿਲਾ ਦੇਵੇ ਉਹ ਗੋਂ ਘੁੰਨ ਬੱਟਾ ਬਣ ਜਾਂਦਾ ਦਰਸਲ ਉਹਨੂੰ ਕੋਈ ਸਮਝ ਨਹੀਂ ਸਕਿਆ ਸੀ ਕਦੇ ਕਦੇ ਉਹਨੂੰ ਆਪਣਾ ਜੀਵਨ ਫਜ਼ੂਲ ਜਿਹਾ ਲੱਗਦਾ ਅਰ ਅਗਲੇ ਪਲਾਂਚੋ ਸ਼ੇਰ ਬਣ ਜਾਂਦਾ ਉਹ ਕਹਿੰਦਾ ਮੈਂ ਕਿਸੇ ਗੱਲੋਂ ਕਾਣਾ ਮੈਂ ਕਿਉਂ ਕਿਸੇ ਤੋਂ ਡਰਾਂ ਮੈਂ ਨਹੀਂ ਕਿਸੇ लाਟੀ ਖਾਨ ਦੀ ਪਰਵਾਹ ਕਰਦਾ ਮੇਰੀ ਜਾਣਦੀ ਹੈ ਜੁੱਤੀ ਮਿਹਨਤ ਕਰੀਦੀ ਹੈ ਤਾਂ ਰੋਟੀਆਂ ਖਾ ਛੱਡੀ ਦੀਆਂ ਮੇਰਾ ਕਿਹੜਾ ਕੋਈ ਧੀ ਪੋਤਾ ਜਿਸ ਲਈ ਜੋੜਨਾ ਆ ਜਿਹੜੇ ਪਰਿਵਾਰਾਂ ਵਾਲੇ ਆ ਇਹ ਵੀ ਕਿੰਨੇ ਕੁ ਸੁਖੀ ਆ ਇਹ ਮੈਨੂੰ ਭੁੱਲੇ ਨਹੀਂ ਇੱਕ ਵਾਰ ਸੁਰਜਣ ਉਹਨੂੰ ਪਟਿਆਲਿਆਂ ਮਿਲਣ ਆਇਆ ਉਹ ਕਣਕ ਕੱਢਣ ਲਈ ਮਸ਼ੀਨ ਤੇ ਖੜਾ ਰੁਗਲਾ ਰਿਹਾ ਸੀ ਮਿੱਟੀ ਤੇ ਧੂੜ ਘੱਟੇ ਨਾਲ ਬਿਰੰਗ ਹੋਇਆ ਉਨੇ ਸੁਰਜਨ ਨੂੰ ਦੇਖਿਆ ਨਾ ਉਹਦਾ ਧਿਆਨ ਤਾਂ ਦੂਹੋ ਦੂ ਰੁਗ ਲਾਉਣ ਵੱਸੇ ਸੁਰਜਨ ਨੇ ਉਹਨੂੰ ਆਵਾਜ਼ ਮਾਰੀ ਕਲੰਦਰ ਸਾਹਿਬ ਮੇਰਾ ਸਲਾਮ ਕਬੂਲ ਕਰੋ ਉਹ ਸੁਰਜਨ ਵੱਲ ਆਇਆ ਹੱਥ ਮਲਾਉਣ ਲੱਗਾ ਸੁਰਜਨ ਨੇ ਉਹਨੂੰ ਜੱਫੀ ਪਾ ਲਈ ਉਸ ਕਿਆ ਮਾਸਟਰਾ ਤੇਰੇ ਕੱਪੜੇ ਖਰਾਬ ਹੋ ਜਾਣੇ ਹਨ ਹੁਣ ਤੂੰ ਸ਼ਹਿਰੀਆ ਬਣ ਗਿਆ ਸੁਰਜਨ ਨੇ ਉਹਨੂੰ ਹੋਰ ਘੁੱਟ ਲਿਆ ਮੈਂ ਤੇਰਾ ਯਾਰ ਤੈਨੂੰ ਮਿਲਣ ਆਇਆ ਟਾਲੀ ਹੀਟ ਬੈਠ ਕੇ ਉਹਨਾਂ ਚਾਹ ਪਾਣੀ ਪੀਤਾ ਸੁਰਜਨ ਨੇ ਉਹਨੂੰ ਕਿਹਾ ਆ ਤੂੰ ਕੀ ਹਾਲ ਬਣਾਇਆ ਹੋਇਆ ਚੱਲ ਮੇਰੇ ਨਾਲ ਚੱਲ ਤੈਨੂੰ ਕਿਸੇ ਦਫਤਰ ਚ ਪੀਣ ਲਵਾ ਦੇਣਾ ਰੋਜ਼ ਨਹਾਇਆ ਤੋਇਆ ਕਰੇਗਾ ਨਵੇਂ ਕੱਪੜੇ ਪਾਇਆ ਕਰੇਗਾ ਜੂਨ ਸੁਧਰ ਚੰਗੀ ਉਹਨੇ ਸਾਹਮਣੇ ਦਿਸਦੇ ਸੰਘਣੇ ਮਲਿਆਂ ਵੱਲ ਦੇਖਿਆ ਟਿਕ ਟਿਕ ਦੇਖਦਾ ਰਿਹਾ ਫਿਰ ਉਸ ਕਿਹਾ ਜਦੋਂ ਜੂਨ ਸੁਧਰਨੀ ਸੀ ਉਦੋਂ ਸੁਧਰੀ ਨਹੀਂ ਹੁਣ ਕਿਸੇ ਨਾਲ ਕਾਹਦਾ ਗਿਲਾ ਗੁੱਸਾ ਦੋ ਰੋਟੀਆਂ ਖਾਣੀਆਂ ਇੱਥੇ ਮਿਲ ਜਾਂਦੀਆਂ ਜਦੋਂ ਨਾ ਮਿਲੀਆਂ ਫਿਰ ਤੈਨੂੰ ਬਾਜ ਮਾਰਾਂਗਾ ਸੁਰਜਨ ਨੇ ਗੁੱਸੇ ਨਾਲ ਕਿਹਾ ਕਦੇ ਕਿਸੇ ਕੰਜਰ ਦੀ ਗੱਲ ਮੰਨ ਵੀ ਲਿਆ ਕਰ ਉਹ ਸਗੋਂ ਹੱਸਦੇ ਆਂ ਕਿਆ ਸਾਰੀ ਉਮਰ ਕੰਜਰਾਂ ਦੀਆਂ ਗੱਲਾਂ ਹੀ ਮੰਨੀਆਂ ਨੇ ਲੈ ਤੂੰ ਸੁਣ ਸਿਕੰਦਰ ਬਾਦਸ਼ਾਹ ਹਿੰਦੁਸਤਾਨ ਜਿੱਤਣ ਆਇਆ ਤਾਂ ਉਹਨੂੰ ਪਤਾ ਲੱਗਾ ਕਿ ਇੱਕ ਬੜਾ ਪਹੁੰਚਿਆ ਹੋਇਆ ਫਕੀਰ ਆ ਜਿਹਦੇ ਮੂੰਹੋਂ ਜੋ ਕੁਝ ਨਿਕਲਦਾ ਉਹ ਸੱਚ ਹੋ ਜਾਂਦਾ ਹੈ ਉਹਨੇ ਆਪਣੇ ਦੋ ਸਪਾਈ ਫਕੀਰ ਕੋਲ ਅਸ਼ੀਰਵਾਦ ਲੈਣ ਲਈ ਭੇਜੇ ਸਪਾਈਆਂ ਨੇ ਫਕੀਰ ਨੂੰ ਜਾ ਮੱਥਾ ਟੇਕਿਆ ਕਿ ਉਹਨਾਂ ਨੂੰ ਕਿ ਉਹਨਾਂ ਨੂੰ ਬਾਦਸ਼ਾਹ ਸਿਕੰਦਰ ਨੇ ਭੇਜਿਆ ਹੈ ਕਿ ਤੁਸੀਂ ਉਹਨਾਂ ਦੀ ਉਹਨਾਂ ਤੇ ਆਪਣੀ ਰਹਿਮਤ ਬਖਸ਼ੋ ਕਿ ਉਹ ਹਿੰਦੁਸਤਾਨ ਫਤਿਹ ਕਰ ਲਵੇ ਫਕੀਰ ਨੇ ਪੁੱਛਿਆ ਕਿਹੜਾ ਸਿਕੰਦਰ ਮੈਂ ਨਹੀਂ ਕਿਸੇ ਬਾਦਸ਼ਾਹ ਨੂੰ ਜਾਣਦਾ ਸਪਾਈਆਂ ਨੇ ਫਕੀਰ ਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਫਕੀਰ ਨੇ ਉਹਨਾਂ ਦੀ ਗੱਲ ਨਾ ਸੁਣੀ ਉਹਨਾਂ ਵਾਪਸ ਆ ਕੇ ਬਾਦਸ਼ਾਹ ਨੂੰ ਦੱਸਿਆ ਤੇ ਕਿਹਾ ਕਿ ਉਹਨਾਂ ਨੂੰ ਆਪ ਫਕੀਰ ਕੋਲ ਜਾਣਾ ਚਾਹੀਦਾ ਬਾਦਸ਼ਾਹ ਆਪ ਗਿਆ ਨਤਮਸਤਕ ਹੋਇਆ ਮਿਹਰ ਕਰਨ ਲਈ ਬੇਨਤੀ ਕੀਤੀ ਫਕੀਰ ਨੇ ਪੁੱਛਿਆ ਜਿੱਤ ਕੇ ਤੈਨੂੰ ਕੀ ਮਿਲੇਗਾ ਮਾਸ਼ਾ ਨੇ ਦਸੀਆ ਧੰ ਦੌਲਤ ਸ਼ੋਹਰਤ ਤੇ ਮੋਜਾ ਹੀ ਮਜਾ ਫਕੀਰ ਉੱਠ ਕੇ ਖੜ ਗਿਆ ਬੋਲਿਆ ਦੇਖ ਮੈਂ ਨੰਗਾ ਰਹਿ ਕੇ ਕਿੰਨੀਆਂ ਮੋਜਾ ਮਾਣਦੇ ਆ ਕੀ ਜ਼ਿੰਦਗੀ ਚ ਆਧੂ ਵੱਡਾ ਕੋਈ ਸੁਖ ਹੋ ਸਕਦਾ ਪਿਛਲੇ ਸਾਲ ਉਹਦੀ ਮੌਤ ਹੋ ਗਈ ਉਹਦਾਂਤਮ ਸੰਸਕਾਰ ਕੌਣ ਕਰੇ ਜਗੀਰੇ ਦਾ ਮੁੰਡਾ ਜੱਸਾ ਜਾਂ ਗੁੱਛੀ ਦੀ ਬਰਾਦਰੀ ਉਹਦੀ ਆਪਣੇ ਭਤੀਜੇ ਲਛੱਕਰੀ ਨਾਲ ਬਣਦੀ ਨਹੀਂ ਸੀ ਜਗੀਰੇ ਕੇ ਉਹਦੇ ਅੰਤਮ ਸੰਸਕਾਰ ਦੀ ਤਿਆਰੀ ਕਰਨ ਲੱਗੇ ਸਨ ਕਿ ਲਛੱਕਰੀ ਨੂੰ ਉਦੀ ਬਰਾਦਰੀ ਵਾਲਿਆਂ ਨੇ ਸਮਝਾਇਆ ਕੁਛ ਵੀ ਹੈ ਐ ਤਾਂ ਤੇਰਾ ਚਾਚਾ ਹੁਣ ਤੂੰ ਆਪਣਾ ਫਰਜ਼ ਨਿਭਾ ਲੈ ਚੱਕਰੀ ਉਹਦੀ লাশ ਨੂੰ ਆਪਣੇ ਘਰ ਲੈ ਆਇਆ ਜਦੋਂ ਉਹ ਸਿਵਿਆਂ ਚ ਜਾ ਕੇ ਖੜਾ ਭੰਨਿਆ ਤਾਂ ਪਿੱਛੋਂ ਆਵਾਜ਼ ਆਈ ਬੰਦਾ ਜਿੰਨਾ ਮਰਜ਼ੀ ਆਪਣਿਆਂ ਤੋਂ ਦੂਰ ਭੱਜ ਲੈ ਆਖਰੀ ਵੇਲੇ ਘਰ ਦੇ ਹੀ ਕੰਮ ਆਉਂਦੇ ਨੇ ਜੇ ਕਿਤੇ ਉਸ ਵੇਲੇ ਉੱਠ ਖੜਦਾ ਤਾਂ ਉਸ ਵਸ਼ ਕਹਿ ਦੇਣਾ ਸੀ ਕਾਹਦੇ ਘਰ ਦੇ ਮੇਰਾ ਤਾਂ ਕੋਈ ਘਰ ਹੀ ਨਹੀਂ ਸੀ ਧੰਨਵਾਦ